ਤੋ ਸਾਡੀ ਸਰਕਾਰ ਆਈ ਹੈ ਮੈਂ ਤੁਹਾਨੂੰ ਬਾਅਦ ਕਦੇ-ਕਦੇ ਸਮੇਂ-ਸਮੇਂ ਬਾਅਦ ਤੁਹਾਨੂੰ ਮੈਂ ਦੱਸਦਾ ਰਹੇ ਨਾ ਕਿ ਕੀ ਪੰਜਾਬ ਦੇ ਵਿੱਚ ਹੋ ਰਿਹਾ ਜਿੱਥੇ ਤਾਂ ਕਾਨੂੰਨੀ ਅਵਸਰ ਦਾ ਮਸਲਾ ਹੈ ਹੁਣ ਜਦ ਤੋਂ ਇਹ ਕੋਵਿਡ ਵਗੈਰਾ ਹੋਇਆ ਸੀ ਕੁ ਠੰਡ ਪੈ ਗਈ ਸੀ ਕਿਉਂਕਿ ਲੋਕਾਂ ਦਾ ਧਿਆਨ ਇੱਧਰ ਸੀਗਾ ਲੇਕਿਨ ਇਹਨਾਂ ਕੁਝ ਇਹ ਜੇ ਲੋਕ ਨੇ ਔਰ ਖਾਸ ਕਰਕੇ ਪਾਕਿਸਤਾਨ ਦੇ ਬੈਠੇ ਹੋਏ ਜਿਹੜੇ ਉਹਨਾਂ ਦੇ ਸਮਰਥਕ ਇੱਥੇ ਨੇ ਚਾਹੇ ਨਸ਼ਾ ਦੇ ਵਿੱਚ ਵਿੱਚ ਹਥਿਆਰ ਵਿੱਚ ਉਹ ਲੋਕ ਕਦੇ ਨਾ ਕਦੇ ਆਪਣਾ ਉਹਨਾਂ ਨੇ ਸੋਚਿਆ ਹੋਣਾ ਕਿ ਪੁਲਿਸ ਇੱਧਰ ਉਹਨਾਂ ਦਾ ਧਿਆਨ ਹੈ ਔਰ ਇਹਨਾਂ ਨੇ ਕੋਸ਼ਿਸ਼ ਕੀਤੀ ਐ ਇੱਥੇ ਕੁਝ ਕਰਨ ਦੀ ਹੁਣ ਤੁਹਾਨੂੰ ਯਾਦ ਹੋਵੇਗੀ ਮੈਂ ਤੁਹਾਨੂੰ ਇੱਕ ਵਾਰ ਦੱਸਿਆ ਸੀ ਕਿ ਜਦੋਂ ਸਾਡੀ ਸਰਕਾਰ ਆਈ ਹੈ ਅਸੀਂ ਬਤੀਤ ਹੈ ਨਾਲ ਦੇ ਜਿਹੜੇ ਟੋਲੀਆਂ ਬਣੀਆਂ ਹੋਈਆਂ ਅਸੀਂ ਮੋਡਿਊਲਸ ਕਹਿੰਦੇ ਨੇ ਉਹ ਤੋੜਤੀ ਸੀ ਪੰਜਾਬ ਸਰਕਾਰ ਪੁਲਿਸ ਨੇ 155 ਬੰਦੇ ਜਿਹੜੇ ਇੱਥੇ ਟੈਰਰਿਸਟ ਸੇ ਜਾਂ ਹੋਰ ਹੋਰ ਕਿਸਮ ਦੇ ਇੱਥੇ ਅਪਰਾਧੀ ਸੇ ਜਿਹੜੀ ਗਰਮੰਟ ਕਰਨਾ ਚਾਹੁੰਦੇ ਸੀ ਪੰਜਾਬ ਦੇ ਵਿੱਚ ਉਹਨਾਂ ਨੂੰ ਫੜਿਆ ਗਿਆ ਆ ਅਕਤਾਲੀਆਂ AK47 MP5 ਔਰ MP9 ਇਹ ਹਥਿਆਰ ਚੱਕੇ ਫੜੇ ਸੇ ਰਿਵਾਲਵਰਸ ਪਿਸਟਲ 156 ਹੈਂਡ ਗਨੇਡ 37 RDX ਵਗੈਰਾ ਇਹ ਸਭ ਕੁਝ ਸਾਡੇ ਤੋਂ ਬੜੇ ਡਰੋਨਸ ਵੀ ਫੜੇ ਗਏ ਉਹਨਾਂ ਦਾ ਚੀਨ ਚ ਬਣੇ ਹੋਏ ਡਰੋਨਸ ਇਹ ਸਾਰੀਆਂ ਗੱਲਾਂ ਅਸੀਂ ਫੜੀਆਂ ਗਈਆਂ ਸੀ ਆ ਫਿਰ ਕੁਝ ਦਿਨ ਠੰਡ ਰਹੀ ਔਰ ਹੁਣ ਪਰਸੋਂ ਦੇ ਦਿਨ ਇੱਕ ਟੈਰਰਿਸਟ ਹੈ ਇਹ ਬਲਜਿੰਦਰ ਸਿੰਘ ਬਿੱਲਾ ਉਹਦੀ ਟੋਲੀ ਜਿਹਨਾਂ ਦਾ ਖਾਸ ਬੰਦਾ ਸੀ ਸੁਖਜਿੰਦਰ ਸਿੰਘ ਉਹਨੂੰ ਪੁਲਿਸ ਨੇ ਫੜਿਆ ਜਿਹਦੇ ਨਾਲ 11 ਹੋਰ ਹਥਿਆਰ ਸਾਨੂੰ ਬਰਾਮਦ ਹੋਏ ਨੇ ਦੋ ਤਾਂ ਡਰਮ ਮਸ਼ੀਨ ਗਨਾਂ ਤਿੰਨ ਪਿਸਟਲ ਜਰਮਨੀ ਵੈਸਟ ਜਰਮਨੀ ਦੇ ਬਣੇ ਹੋਏ ਸਾਵਰ ਪਿਸਟਲ ਬੜੇ ਮੰਨੇ ਹੋਏ ਪਿਸਟਲ ਨੇ ਔਰ ਜਿਹੜੀ ਇਨਵੈਸਟੀਗੇਸ਼ਨ ਏਜੰਸੀ ਦੁਨੀਆਂ ਪਰ ਇਸ ਇਸ ਪਿਸਟਲ ਨੂੰ ਵਰਤਦੀਆਂ ਨੇ ਗਲੌਕ ਪਿਸਟਲ ਆਸਟਰੀਆ ਦੇ ਵਿੱਚ ਬਣੇ ਹੋਏ ਨੇ ਤੀਬ ਬੋਰ ਪਿਸਟਲ ਦੋ ਤੇ 32 ਬੋਰ ਦੇ ਹੋਰ ਔਰ ਇੱਕ 315 ਬੋਰ ਦੀ ਰਾਈਫਲ ਔਰ ਬਾਕੀ ਮੈਗਜ਼ੀਨਾ ਵਗੈਰਾ ਉਹ ਸਭ ਕੁਝ ਹੈ ਸਾਡੇ ਪੰਜਾਬ ਦੇ ਡੀਜੀਪੀ ਤੁਹਾਨੂੰ ਦੱਸਣਗੇ ਇਹ ਸਾਰੀਆਂ ਗੱਲਾਂ ਜਦੋਂ ਉਹ ਤੁਹਾਡੇ ਨਾਲ ਗੱਲਬਾਤ ਕਰਨਗੇ ਤਾਂ ਇੱਕ ਤਾਂ ਇਹ ਸੀ ਜਿਹੜੀ ਗੱਲ ਇਹਨਾਂ ਨੇ ਇੱਥੇ ਕੀਤੀ ਹੈ ਜਿਹੜੀ ਅਸੀਂ ਅੱਜ ਵੀ ਚਾਹ ਇਹਨਾਂ ਦੁਨੀਆ ਦੇ ਵਿੱਚ ਕੋਵਿਡ ਦਾ ਫੈਲਿਆ ਹੋਇਆ ਫਿਰ ਵੀ ਇਹ ਪਾਕਿਸਤਾਨੀ ਕੰਪਨੀ ਹਟਦੀ ਔਰ ਇਹ ਜਿਹੜੇ ਖੜਕੂ ਨੇ ਇਹ ਕੰਮ ਵੀ ਛੱਡਣ ਨੂੰ ਤਿਆਰ ਨਹੀਂ ਹੈ ਇੱਕ ਤਾਂ ਇਹ ਹੈ ਦੂਸਰਾ ਮੈਥਨੂ ਕਿਹਾ ਸੀ ਕਿ ਲੱਕ ਤੋੜਾਂਗੇ ਇਸ 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 ਨਸ਼ਿਆਂ ਦਾ ਔਰ ਉਹਦਾ ਇੱਕ ਸਭ ਤੋਂ ਵੱਡਾ ਜਿਹਨੂੰ ਵੱਡਾ ਮੱਛ ਕਹਿ ਸਕਦੇ ਹੋ ਤੁਸੀਂ ਰਣਜੀਤ ਸਿੰਘ ਜਿਹੜਾ ਨੂੰ ਰਾਣਾਬੀਤ ਕਹਿੰਦੇ ਨੇ ਔਰ ਚੀਤਾ ਵੀ ਕਹਿੰਦੇ ਨੇ ਇਹ ਬੰਦਾ ਫੜਿਆ ਗਿਆ ਇਸਨੇ 532 ਕਿਲੋ ਹੈਰੋਇਨ ਇਥੇ ਲੈ ਕੇ ਆਇਆ ਸੀ ਜਿਹੜੀ ਆਈ ਸੀ ਇਥੇ ਅੰਮ੍ਰਿਤਸਰ ਫੜੇ ਗਈ ਸੀ ਉਹਦੇ ਵਿੱਚ ਇਹਦਾ ਹੱਥ ਸੀ ਔਰ ਇਹ ਬੰਦਾ ਇਹ बार-बार ਇਹ ਕੰਮ ਕਰ ਰਿਹਾ ਇਸ ਨੂੰ ਇਹਨਾਂ ਨੇ ਕੱਲ ਸਿਰਸਾ ਦੇ ਵਿੱਚ ਇਹਨੂੰ 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 ਫੜ ਲਿਆ ਪੁਲਿਸ ਨੇ ਔਰ ਇਹਦੇ ਚੋਂ ਇਹ ਉਹ ਵੀ ਬੰਦਾ ਹੈ ਜਿਹੜਾ ਉੱਥੋਂ ਇਹ ਨਸ਼ੇ ਲੈ ਕੇ ਵੇਚ ਕੇ ਫਿਰ ਜਿਹੜੇ ਹਿਜ਼ਬੁਲ ਮੁਜਾਹਿਦੀਨ ਦੇ ਐਕਸ਼ਨ ਚੱਲ ਰਿਹਾ ਹੈ ਕਸ਼ਮੀਰ ਦੇ ਵਿੱਚ ਉਹਨਾਂ ਦੀ ਮਦਦ ਕਰਦੇ ਪੈਸੇ ਦੇ ਕੇ ਇਹ ਇਹਦਾ ਬੰਦਾ ਇੱਕ ਪੁਲਿਸ ਨੇ ਅੰਮ੍ਰਿਤਸਰ ਫੜ ਲਿਆ ਸੀ ਜਿਹੜਾ 29 ਲੱਖ ਰੁਪਏ ਚੱਕ ਕੇ ਉਹ ਹਿਸਬੁਲ ਲਈ ਕਸ਼ਮੀਰ ਵਾਸਤੇ ਦੇ ਦੇਨ ਵਾਸਤੇ ਗਿਆ ਸੀ ਸੋ ਇਹ ਲੋਗ ਨਾ ਦੇਸ਼ ਨੂੰ ਸਮਝ ਦੇਣੇ ਕੁਝ ਇਹ ਸਿਰਫ ਆਪਣੇ ਇਹ ਬਦਮਾਸ਼ੀਆਂ ਕਰਕੇ ਇਹ ਸੋਚਦੇ ਨੇ ਕਿ ਸਾਡੇ ਸੂਬੇ ਨੂੰ ਖਰਾਬ ਕਰਨਗੇ ਸਾਡੇ ਦੇਸ਼ ਨੂੰ ਖਰਾਬ ਕਰਨਗੇ اور ਮੈਂ ਤੁਹਾਨੂੰ ਭਰੋਸਾ ਦੇਣਾ ਚਾਹੁੰਦਾ ਜਦ ਤੋ ਹੀ ਅਸੀਂ ਹੋ ਰਹੇ ਆ ਆ ਜਿਹੜਾ ਇਹਨਾਂ ਦਾ ਲੱਕ ਟੁੱਟਿਆ ਔਰ ਇਹ ਲਖਨੂ ਐ ਜਿਹੇ ਤਰ੍ਹਾਂ ਇਹਨਾਂ ਨੂੰ ਇਹਨਾਂ ਦੇ 6:00 ਵਜੂਗੀ ਇਹਨਾਂ ਨੂੰ ਪਤਾ ਲੱਗ ਜਾਊਗਾ ਕਿ ਨਸ਼ਿਆਂ ਨਾਲ ਜਿਹੜੇ ਬੱਚਿਆਂ ਨੂੰ ਖਰਾਬ ਕਰਦੇ ਨੇ ਇਹ ਕੈਸੇ ਇੱਥੇ ਇੱਕ ਪੰਜਾਬ ਸਰਕਾਰ ਕੀ ਇਹਨਾਂ ਦੇ ਨਾਲ ਕਰਦੀ ਹੈ ਇਹ ਬਿਲਕੁਲ ਇਹ ਇਹ ਤੁਸੀਂ ਗੱਲ ਹੁਣ ਭੁੱਲ ਜਿਓ ਕਿ ਇਸ ਨੂੰ ਇਹ ਨਸ਼ੇ ਹੁਣ ਅੱਗੇ ਵਧਣਗੇ ਔਰ ਦੂਸਰੀ ਜਿਹੜੇ ਹਥਿਆਰ ਲੈ ਕੇ ਆ ਰਹੇ ਨੇ ਅਗਰ ਇਹ ਸਮਝ ਲੈਣੇ ਕਿ ਪਾਕਿਸਤਾਨ ਦੇ ਕਹੇ تھے ਇੱਥੇ ਕੋਈ ਗੜਬੜ ਕਰਾਉਣ ਦੀ ਕੋਸ਼ਿਸ਼ ਕਰਨੇ ਤੇ ਅਸੀਂ ਬੈਠੇ ਹਰੇ ਦੇਖਦੇ ਆ ਕਿ ਕਿਵੇਂ ਇੱਥੇ ਗੜਬੜ ਕਰਦੇ ਨੇ ਜਿੰਨੇ ਮਰਜ਼ੀ ਹਥਿਆਰ ਲਿਆਓ ਤੁਹਾਨੂੰ ਫੜਾਂਗੇ ਔਰ ਫਿਰ ਅਸੀਂ ਦੇਖਾਂਗੇ ਕਿ ਬਾਰਡਰ ਦੇ ਉੱਪਰ ਕੀ ਹੋਣਾ ਹੈ ਬੀਐਸਏ ਬੈਠੀ ਹੈ ਅਸੀਂ ਬੈਠੇ ਆ ਔਰ ਅਸੀਂ ਤੁਹਾਡਾ ਇਹਦੇ ਵਿੱਚ ਵੀ ਲੱਕ ਤੁਹਾਡਾ ਤੋੜ ਕੇ ਛੱਡਾਂਗੇ